ਪੰਜਾਬ ਦੇ ਵਿੱਚ ਜਿੱਥੇ ਬਰਸਾਤਾਂ ਸ਼ੁਰੂ ਹੋ ਗਈਆਂ ਨੇ ਉੱਥੇ ਪਟਿਆਲਾ ਦੀ ਗੱਲ ਕੀਤੀ ਜਾਏ, ਪਟਿਆਲਾ ਦੇ ਵਿੱਚ ਬਰਸਾਤਾਂ ਦੇ ਨਾਲ ਪਾਣੀ ਇਕੱਠਾ ਹੋਣ ਲੱਗ ਗਿਆ, ਉਸਦੇ ਨਾਲ ਜਿਹੜੇ ਮੱਛਰ ਜਿਹੜੇ ਹੈਗੇ ਨੇ ਉਹ ਇਕੱਠੇ ਹੋਣ ਲੱਗ ਗਏ ਨੇ, ਅਤੇ ਉਸਦੇ ਨਾਲ ਜਿਹੜੀ ਹੈਗੀ ਡੇਂਗੂ ਦੀ ਬਿਮਾਰੀ ਜਿਹੜੀ ਹੈਗੀ ਸ਼ੁਰੂ ਹੋ ਗਈ ਹੈ। ਸਾਡੇ ਨਾਲ ਡਾਕਟਰ ਸੁਮੀਤ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਪ੍ਰਸ਼ਾਸਨ ਵੱਲੋਂ ਕੀ ਇੰਤਜ਼ਾਮ ਨੇ, ਕਿਉਂਕਿ ਬਰਸਾਤਾਂ ਸ਼ੁਰੂ ਹੋ ਗਈਆਂ, ਪਾਣੀ ਜਿਹੜਾ ਹੈਗਾ ਉਹ ਇਕੱਠਾ ਹੋਣ ਲੱਗ ਗਿਆ ਅਤੇ ਉਹਦੇ ਵਿੱਚ ਮੱਛਰ ਜਿਹੜੇ ਪਰਵਣੇ ਸ਼ੁਰੂ ਹੋ ਗਏ ਨੇ ਅਤੇ ਉਹ ਡੇਂਗੂ ਦੀ ਬਿਮਾਰੀ ਜਿਹੜੀ ਹੈਗੀ ਸ਼ੁਰੂ ਹੋ ਗਈ ਹੈ, ਪ੍ਰਸ਼ਾਸਨ ਵੱਲੋਂ ਕੀ ਇੰਤਜ਼ਾਮ ਨੇ? ਦੇਖੋ, ਇਸ ਵਾਰ ਤਾਂ ਵੈਸੇ ਮੌਸਮ ਖੁਸ਼ਕ ਰਿਹਾ ਕਾਫੀ, ਬਰਸਾਤ ਘੱਟ ਹੋਈ ਹੈ, ਵਿੱਚ ਵਿਚਾਲੇ ਬਾਰਿਸ਼ ਨਹੀਂ ਹੋਈ, ਸਗੋਂ ਜਿਹੜੀ ਪਹਿਲਾਂ ਜੂਨ ਮਹੀਨੇ ਜਾਂ ਮਈ ਦੇ ਐਂਡਲੇ ਦਿਨਾਂ 'ਚ ਹੁੰਦੀ ਸੀ ਉਹ ਬਾਰਿਸ਼ਾਂ ਇਸ ਵਾਰ ਨਹੀਂ ਹੋਈਆਂ। ਖੁਸ਼ਕ ਮੌਸਮ ਨਾਲ ਮੱਛਰ 'ਚ ਹਾਲੇ ਤੱਕ ਗਿਰਾਵਟ ਰਹੀ ਹੈ ਅਤੇ ਹਾਲੇ ਤੱਕ ਡੇਂਗੂ ਦਾ ਕੋਈ ਕੇਸ ਜ਼ਿਲ੍ਹੇ 'ਚ ਦਰਜ ਨਹੀਂ ਹੋਇਆ। ਹਾਲਾਂਕਿ ਜਿਹੜੀ ਹੁਣ ਵੀ ਇਸ ਹਫ਼ਤੇ ਦੇ ਵਿੱਚ ਹਲਕੀ ਬਾਰਿਸ਼ ਹੋਈ ਹੈ, ਉਹਦੇ ਨਾਲ ਪਾਣੀ ਦੀ ਖੜੋਤ ਕੁਛ ਥਾਵਾਂ 'ਤੇ ਹੈਗੀ ਹੈ। ਉੱਥੇ ਸਾਡੀ ਟੀਮਾਂ ਨੇ ਲਾਰਵੇਸਾਈਡ ਦਵਾਈਆਂ ਪਾਣੀ ਸ਼ੁਰੂ ਕਰ ਦਿੱਤੀਆਂ। ਅਸੀਂ ਨਾਲ ਨਾਲ ਨਗਰ ਨਿਗਮ ਅਤੇ ਜਿਹੜੀਆਂ ਮਿਊਂਸੀਪਲ ਕਮੇਟੀਆਂ ਨੇ ਅਤੇ ਜਿਹੜੇ ਪੰਚਾਇਤਾਂ 'ਚ BDPO ਹੈਗੇ ਨੇ ਉਹਨਾਂ ਦੀ ਟੀਮਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਜੁਆਇੰਟ ਟੀਮ ਬਣਾ ਕੇ ਸ਼ੁੱਕਰਵਾਰ ਨੂੰ ਅਭਿਆਨ ਸ਼ੁਰੂ ਕਰ ਰਹੇ ਹਾਂ। ਅੱਜ ਸਾਡੀ ਟੀਮਾਂ ਨੇ ਤਕਰੀਬਨ 27,000 ਘਰਾਂ ਦੇ ਵਿੱਚ ਲਾਰਵਾ ਦੀ ਚੈਕਿੰਗ ਕੀਤੀ ਹੈ, ਉਹਨਾਂ 'ਚੋਂ 117 ਥਾਵਾਂ 'ਤੇ ਲਾਰਵਾ ਪਾਇਆ ਵੀ ਗਿਆ ਅਤੇ ਨਸ਼ਟ ਵੀ ਕਰਵਾਇਆ ਗਿਆ ਉਸਨੂੰ। ਅਤੇ ਤੁਸੀਂ ਸਮਝ ਹੀ ਸਕਦੇ ਹੋ ਕਿ ਵੀ 117 ਥਾਵਾਂ 'ਤੇ ਅੱਜ ਵੀ ਮਿਲ ਰਿਹਾ, ਪਹਿਲਾਂ ਬਾਰਿਸ਼ਾਂ ਦੇ ਹਾਲੇ ਸ਼ੁਰੂਆਤ ਹੋਏ, ਅਗਲੇ ਦਿਨਾਂ 'ਚ ਇਹ ਵੱਧ ਸਕਦਾ, ਇਸ ਕਰਕੇ ਪਬਲਿਕ 'ਚ ਜਾਗਰੂਕਤਾ ਵੀ ਲਿਆਉਣੀ ਜ਼ਰੂਰੀ ਹੈ। ਅਸੀਂ ਅਵੇਅਰਨੈਸ ਅਭਿਆਨ ਵੀ ਚਲਾ ਰਹੇ ਹਾਂ ਤਾਂ ਕਿ ਹਰ ਬੰਦਾ ਆਪਣੇ ਘਰ ਦਾ ਆਪ ਜ਼ਿੰਮੇਵਾਰ ਬਣਿਆ, ਕਿਸੇ ਦੇ ਘਰ ਕੋਈ ਜਾ ਕੇ ਰੋਜ਼ ਉਹ ਚੈੱਕ ਨਹੀਂ ਕਰ ਸਕਦਾ। ਅਤੇ ਬਾਰਿਸ਼ ਹੋਣ ਦੇ ਬਾਅਦ ਜੇ ਪਾਣੀ ਦੀ ਖੜੋਤ ਮਿਲਦੀ ਹੈ ਤਾਂ ਉਸਨੂੰ ਜ਼ਰੂਰ ਹਟਾ ਦਿਓ, ਆਪ ਧਿਆਨ ਰੱਖੋ, ਇੱਕ ਤੁਹਾਨੂੰ ਯਾਦ ਆ ਜਾਵੇ। ਇਸ ਕਰਕੇ ਸਰਕਾਰ ਨੇ ਇੱਕ ਸਲੋਗਨ ਬਣਾਇਆ ਜਿਹੜਾ ਕਿ ਵਾਰ ਵਾਰ ਹਰ ਥਾਵਾਂ 'ਤੇ ਬੋਲਿਆ ਜਾ ਰਿਹਾ ਕਿ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ, ਸ਼ੁੱਕਰਵਾਰ ਦੇ ਨਾਲ ਤੁਹਾਨੂੰ ਯਾਦ ਆ ਜਾਵੇ ਅਤੇ ਤੁਸੀਂ ਆਪ ਆਪਣਾ ਘਰ ਚੈੱਕ ਕਰੋ, ਆਪਣੇ ਵਿਹੜੇ 'ਤੇ ਦੇਖੋ, ਆਪਣੇ ਛੱਤਾਂ 'ਤੇ ਦੇਖੋ, ਕੋਈ ਖੁੱਲ੍ਹੇ ਏਰੀਏ 'ਚ ਕੋਈ ਬਾਰਿਸ਼ ਦਾ ਪਾਣੀ ਰੁਕਿਆ ਤਾਂ ਨਹੀਂ ਪਿਆ, ਕੋਈ ਕਬਾੜ ਸਮਾਨ ਆਪਣਾ ਓਪਨ 'ਚ ਪਿਆ ਜਿਹਦੇ ਵਿੱਚ ਕੋਈ ਕੱਪ ਡਿਸਪੋਜ਼ੇਬਲ ਕੱਪ ਹੈ, ਕੋਈ ਬਾਲਟੀ ਹੈ, ਕੋਈ ਬਾੜ, ਕੋਈ ਆਪਾਂ ਟੁੱਟਿਆ ਭਾਂਡਾ ਸੁੱਟਿਆ ਹੋਇਆ, ਤਾਂ ਉਹਦੇ ਵਿੱਚ ਪਾਣੀ ਦੀ ਘੜੋਤ ਹੋਣ ਨਾਲ ਮੱਛਰ ਤਾਂ ਨਹੀਂ ਪੈਦਾ ਹੋ ਰਿਹਾ, ਉਸਨੂੰ ਹਟਾ ਦਿੱਤਾ ਜਾਵੇ, ਪਾਣੀ ਦੀ ਖੜੋਤ ਨਾ ਹੋਣ ਦਿੱਤੀ ਜਾਵੇ। ਜਿਹੜੇ ਪੰਛੀਆਂ ਲਈ ਭਾਂਡੇ ਰੱਖਦੇ ਹਾਂ ਉਹਨੂੰ ਹਫ਼ਤੇ 'ਚ ਇੱਕ ਵਾਰ ਜ਼ਰੂਰ ਸੁਕਾਈਏ, ਜਿਹੜਾ ਕੂਲਰਾਂ ਦੀ ਟੰਕੀਆਂ ਵਿੱਚ ਪਾਣੀ ਹੁੰਦਾ ਹੈ ਉਸਨੂੰ ਵੀ ਆਪਾਂ ਹਫ਼ਤੇ 'ਚ ਇੱਕ ਦਿਨ ਖੁਸ਼ਕ ਪੂਰਾ ਇੱਕ ਵਾਰ ਸੁਕਾ ਕੇ ਕੱਪੜਾ ਹੂੰਜ ਕੇ ਮਾਰ ਕੇ ਉਸਨੂੰ ਸੁੱਕਣ ਦਈਏ, ਫਿਰ ਉਸ ਤੋਂ ਬਾਅਦ ਦੁਬਾਰਾ ਪਾਣੀ ਭਰੀਏ ਉਸ 'ਚ। ਕੂਲਰਾਂ ਦੇ ਵਿੱਚ ਵੀ ਕਈ ਵਾਰ ਕਈਆਂ ਦੇ ਘਰ ਕੂਲਰ ਲੱਗੇ ਹੋਏ ਨੇ, ਕੂਲਰਾਂ ਦੇ ਵਿੱਚ ਵੀ ਜਿਹੜੇ ਜਾਲੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਬਦਲਿਆ ਜਾਵੇ ਜਾਂ ਕਿ ਉਹਨਾਂ ਦੀ ਸਾਫ਼ ਸਫਾਈ? ਉਹਨੂੰ ਬਦਲਣ ਦੀ ਸਲਾਹ ਤਾਂ ਦਿੱਤੀ ਜਾਂਦੀ ਹੈ ਕਿਉਂਕਿ ਜਿਹੜੇ ਮੱਛਰਾਂ ਦੇ ਅੰਡੇ ਹੁੰਦੇ ਆ ਉਹ ਸਾਲ ਭਰ ਵੀ ਪਏ ਰਹਿੰਦੇ ਆ, ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਨਵੀਂ ਦੁਬਾਰਾ ਮਿਲਦੀ ਹੈ, ਪਾਣੀ ਦੁਬਾਰਾ ਮਿਲਦਾ ਹੈ, ਅਤੇ ਉਹ ਦੁਬਾਰਾ ਤੋਂ ਪੈਦਾ ਹੋ ਸਕਦੇ ਆ ਉਸ 'ਚ ਵੀ। ਜਿਹੜਾ ਏਡੀਜ਼ ਮੱਛਰ ਹੈ ਇਹਦੇ ਅੰਡੇ ਸਾਲ ਭਰ ਸੁੱਕੇ ਪਏ ਰਹਿੰਦੇ ਆ, ਸੋ ਇਸ ਕਰਕੇ ਸਲਾਹ ਦਿੱਤੀ ਜਾਂਦੀ ਵੀ ਉਹ ਰਫੂਸ ਨੂੰ ਬਦਲ ਦਿੱਤਾ ਜਾਵੇ, ਇਸ ਨਵਾਂ ਲਗਾ ਲਿਆ ਜਾਵੇ ਜਿਨ੍ਹਾਂ ਇਲਾਕਿਆਂ 'ਚ ਪਹਿਲਾਂ ਕੇਸ ਆਉਂਦੇ ਰਹੇ ਆ। ਅਸੀਂ ਉਸ ਇਲਾਕੇ ਨੂੰ ਹੌਟਸਪੋਟ ਲੇਬਲ ਕਰਕੇ ਉਹਨਾਂ 'ਚ ਖਾਸ ਧਿਆਨ ਦੇ ਰਹੇ ਹਾਂ ਜਿੱਥੇ ਪਹਿਲਾਂ ਕੇਸ ਵੱਧ ਆਏ ਸੀ। ਪਟਿਆਲਾ ਸ਼ਹਿਰੀ ਇਲਾਕਾ ਹੀ ਮੇਨ ਪ੍ਰਭਾਵਿਤ ਹੋਇਆ ਸੀ, ਪਿਛਲੀ ਵਾਰ ਹੜ੍ਹਾਂ ਤੋਂ ਬਾਅਦ ਵੀ ਅਸੀਂ ਕੋਸ਼ਿਸ਼ਾਂ ਕੀਤੀਆਂ ਸੀਗੀਆਂ, ਲੇਕਿਨ ਉਸ ਤੋਂ ਬਾਅਦ ਲੇਟ ਜਾ ਕੇ ਅਕਤੂਬਰ ਨਵੰਬਰ ਦੇ ਵਿੱਚ ਕੇਸ ਆਏ ਸੀਗੇ ਕਾਫੀ, ਉਹਦੇ 'ਚ ਤਕਰੀਬਨ 500 ਕੇਸ ਸਾਡੇ ਪਟਿਆਲਾ ਸ਼ਹਿਰ ਵਿੱਚ ਰਿਪੋਰਟ ਹੋਇਆ ਸੀ। ਜਿਹੜਾ ਡੇਂਗੂ ਦਾ ਮੱਛਰ ਹੁੰਦਾ ਹੈ ਕਿਸ ਤਰ੍ਹਾਂ ਦਾ ਹੁੰਦਾ ਹੈ, ਜਿਹੜਾ ਲੜਦਾ ਹੈ ਕਿਸ ਤਰ੍ਹਾਂ ਲੜਦਾ ਹੈ ਜੇ ਜਿਸ ਨਾਲ ਬੰਦਾ ਬਿਮਾਰ ਹੋ ਜਾਂਦਾ? ਇਹ ਏਡੀਜ਼ ਮੱਛਰ ਅਸੀਂ ਇਹਨੂੰ ਕਹਿੰਦੇ ਹਾਂ, ਸਾਇੰਟੀਫਿਕ ਨੇਮ ਇਹਦਾ। ਅਤੇ ਜਿਹੜਾ ਇਹਦੀ ਅਗਰ ਦੇਖਣ ਦੇਖੀਏ ਤਾਂ ਇਹ ਕਾਲੇ ਰੰਗ ਦਾ ਮੱਛਰ ਹੈ, ਉੱਪਰ ਚਿੱਟੀਆਂ ਧਾਰੀਆਂ ਬਣੀਆਂ ਹੋਈਆਂ ਲੱਤਾਂ 'ਤੇ, ਪਰ ਉਹਦੇ ਪੰਖਾਂ 'ਤੇ, ਉਹਦੇ ਬੋਡੀ ਦੇ ਉੱਤੇ ਚਿੱਟੀਆਂ ਧਾਰੀਆਂ ਮਿਲਦੀਆਂ, ਅਤੇ ਦੂਰੋਂ ਬੈਠੇ ਪਛਾਣਿਆ ਜਾ ਸਕਦਾ ਹੈ। ਦੂਜੀ ਇਹਦੀ ਆਦਤ ਹੈ ਕਿ ਦਿਨ ਵੇਲੇ ਕੱਟਦਾ ਹੈ, ਇਹ ਰਾਤ ਨੂੰ ਉਹ ਮੱਛਰ ਨਹੀਂ ਹੈ ਜਿਹੜਾ ਆਵਾਜ਼ ਕਰਕੇ ਜਾਂਦਾ ਕੰਨ ਦੇ ਕੋਲ, ਇਹ ਦਿਨ ਵੇਲੇ ਬੈਠੇ ਬਿਠਾਏ ਚੁੱਪ ਚੁਪੇ ਤੁਹਾਡੇ ਪੈਰਾਂ 'ਤੇ, ਲੱਤਾਂ 'ਤੇ, ਤੁਹਾਡੇ ਐਕਸਪੋਜ਼ ਪਾਰਟ 'ਤੇ ਕੱਟ ਸਕਦਾ ਹੈ। ਅਤੇ ਹਾਲਾਂਕਿ ਹਲੇ ਇਹਨਾਂ ਮੱਛਰ ਦੀ ਤਾਦਾਦ ਇੰਨੀ ਜ਼ਿਆਦਾ ਨਹੀਂ ਹੋਈ, ਲੇਕਿਨ ਜੇ ਰੋਕਥਾਮ ਦੇ ਉਪਰਾਲੇ ਹੁਣ ਨਹੀਂ ਕਰਾਂਗੇ ਤਾਂ ਫਿਰ ਇਹ ਵੱਡੀ ਗਿਣਤੀ 'ਚ ਅੱਗੇ ਵੱਧ ਸਕਦਾ ਹੈ, ਕਿਉਂਕਿ ਹਫ਼ਤੇ 'ਚ ਇੱਕ ਮਾਦਾ ਮੱਛਰ ਨੇ 150-300 ਅੰਡੇ ਦੇ ਦੇਣੇ ਆ, ਅਤੇ ਉਹਨੇ ਹਫ਼ਤਾ ਹੋਰ ਲੈਣਾ, ਉਸ ਤੋਂ ਅਡਲਟ ਮੱਛਰ ਤਿਆਰ ਹੋ ਜਾਣਾ। ਜੇਕਰ ਅਸੀਂ ਅਣਗਹਿਲੀ ਕਰਾਂਗੇ, ਆਪਣੇ ਘਰਾਂ ਦੇ ਵਿੱਚ ਪਾਣੀ ਛੱਡਾਂਗੇ,
ਤੇ ਫਿਰ ਇਹਨੇ ਬਹੁਤ ਵੱਡੀ ਗਿਣਤੀ 'ਚ ਪੈਦਾ ਹੋ ਜਾਣਾ ਮੱਛਰਾਂ ਨੇ। ਇਸ ਤਰ੍ਹਾਂ ਦਾ ਕੋਈ ਪੇਸ਼ੈਂਟ ਆ ਜਾਂਦਾ ਉਹਦੇ ਵਾਸਤੇ ਫਿਰ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੋਸਪਿਟਲ ਦੇ ਵਿੱਚ ਕੋਈ ਅਰੇਂਜਮੈਂਟ? ਦੇਖੋ, ਇਲਾਜ ਅਤੇ ਟੈਸਟਿੰਗ ਦੋਨਾਂ ਦੇ ਪ੍ਰਬੰਧ ਕਰ ਲਏ ਗਏ ਹਨ। ਇਹ ਟੈਸਟਿੰਗ ਦੇ ਲਈ ਚਾਰ ਥਾਵਾਂ 'ਤੇ ਸਾਡੀਆਂ ਕੋਲ ਜਿਹੜੀਆਂ ਅੱਛੀਆਂ ਮਸ਼ੀਨਾਂ ਵਾਲਾ ਜਿਹੜਾ ਮਹਿੰਗਾ ਟੈਸਟ ਹੈ ਅਲੀਜ਼ਾ ਮੈਥਡ ਵਾਲਾ, ਉਹ ਟੈਸਟ ਪ੍ਰਬੰਧ ਕੀਤਾ ਹੋਇਆ। ਉਹ ਰਜਿੰਦਰਾ ਮਾਤਾ ਕੌਸ਼ਲਿਆ ਸਿਵਲ ਹਸਪਤਾਲ ਰਾਜਪੁਰਾ, ਸਿਵਲ ਹਸਪਤਾਲ ਨਾਭਾ, ਇਹ ਚਾਰ ਥਾਵਾਂ 'ਤੇ ਟੈਸਟਿੰਗ ਦੀ ਫੈਸਿਲਿਟੀ ਹੈ। ਬਾਕੀ ਥਾਵਾਂ ਤੋਂ ਸੈਂਪਲ ਇਹਨਾਂ ਥਾਵਾਂ ਤੱਕ ਭੇਜ ਕੇ ਅਸੀਂ ਜਾਂਚ ਕਰਵਾਵਾਂਗੇ। ਇਹ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ ਸਾਡੇ, ਮੈਂ ਹੁਣ ਤੱਕ ਤਕਰੀਬਨ 250 ਟੈਸਟ ਹੋ ਚੁੱਕੇ ਹਨ, ਹਾਲੇ ਤੱਕ ਕੋਈ ਪੋਜ਼ਿਟਿਵ ਨਹੀਂ ਆਇਆ। ਬਾਕੀ ਜਿੱਥੇ ਇਲਾਜ ਦੀ ਪ੍ਰਬੰਧ ਦੀ ਗੱਲ ਕਰਾਂਗੇ, 88 ਬੈੱਡ ਰਾਖਵੇਂ ਰੱਖ ਲਏ ਗਏ ਹਨ, ਜਿਹਨਾਂ ਨੂੰ 13 ਸੰਸਥਾਵਾਂ ਦੇ ਵਿੱਚ ਸਾਡੇ, ਜਿਹਦੇ 'ਚ ਰਜਿੰਦਰਾ ਹਸਪਤਾਲ, ਮਾਤਾ ਕੌਸ਼ਲਿਆ, ਸਿਵਲ ਹਸਪਤਾਲ ਸਾਰੇ, CHC ਜਿੱਥੇ ਜਿੱਥੇ ਐਮਰਜੈਂਸੀ ਹੈਗੀ ਹੈ ਉਹਨਾਂ ਥਾਵਾਂ 'ਤੇ ਅਸੀਂ 88 ਬੈੱਡ ਦਾ ਪ੍ਰਬੰਧ ਕੀਤਾ, ਜਿੱਥੇ ਖਾਸ ਤੌਰ 'ਤੇ ਵਾਰਡ ਤਿਆਰ ਕਰਕੇ ਵੱਖਰੇ ਇਹ ਮਰੀਜ਼ਾਂ ਨੂੰ ਰੱਖਿਆ ਜਾਏਗਾ, ਅਤੇ ਇਹਨਾਂ ਲਈ ਜਿਹੜਾ ਲੋੜੀਂਦਾ ਦਵਾਈਆਂ ਸਾਜੋ ਸਮਾਨ ਚਾਹੀਦਾ ਉਹ ਉੱਥੇ ਪ੍ਰਬੰਧ ਕਰ ਲਿਆ ਗਿਆ। ਜਿਹਨਾਂ ਨੂੰ ਲੋੜ ਹੁੰਦੀ ਹੈ ਪਲੇਟਲੈਟ ਚੜ੍ਹਾਉਣ ਦੀ, ਜਿਹੜਾ ਕੁਛ ਆਪਾਂ 2-3% ਕੇਸ ਹੀ ਕਹਿੰਦੇ ਹਾਂ ਵੈਸੇ ਟੋਟਲ, ਉਹਨਾਂ ਲਈ ਅਸੀਂ ਮਰਜਿੰਦਰਾ ਦੇ ਹਸਪਤਾਲ ਦੇ ਬਲੱਡ ਬੈਂਕ ਦੇ ਵਿੱਚ 4 ਏਫਰੇਸਿਸ ਮਸ਼ੀਨਸ ਹੈਗੀਆਂ, ਉੱਥੇ ਪ੍ਰਬੰਧ ਕੀਤੇ ਉਹਨਾਂ ਨੂੰ। ਇਸਦਾ ਡੇਂਗੂ ਦਾ ਪਤਾ ਕਿਸ ਤਰ੍ਹਾਂ ਲੱਗਦਾ ਕਿ ਡੇਂਗੂ ਦਾ ਬੁਖਾਰ ਚੜ੍ਹ ਰਿਹਾ, ਕਿਸ ਤਰ੍ਹਾਂ ਪਤਾ ਲੱਗਦਾ? ਦੇਖੋ, ਖਾਸ ਨਿਸ਼ਾਨੀਆਂ ਹਨ ਕਿ ਜਿਵੇਂ ਹੋਰ ਵਾਇਰਲ ਬੁਖਾਰ ਦੇ ਵਿੱਚ ਬੁਖਾਰ ਆਉਂਦਾ, ਬੁਖਾਰ ਪਹਿਲਾਂ ਲੱਛਣ ਆਏਗਾ ਇਹਦੇ ਵਿੱਚ, ਪਰ ਬੁਖਾਰ ਤੇਜ਼ ਹੁੰਦਾ 102 ਤੋਂ ਉੱਪਰ। ਅਤੇ ਦੂਸਰੀ ਗੱਲ ਕਿ ਹੱਡ ਤੋੜ ਬੁਖਾਰ ਅਸੀਂ ਇਹਨੂੰ ਕਹਿੰਦੇ ਹਾਂ, ਕਿ ਪੂਰਾ ਸਰੀਰ ਦੁਖਦਾ ਇਹਦੇ ਵਿੱਚ, ਪਿੱਠ 'ਚ ਬਹੁਤ ਤੇਜ਼ ਦਰਦ ਹੁੰਦੀ ਹੈ, ਸਿਰ ਵਿੱਚ, ਅੱਖਾਂ 'ਚ ਦਰਦ ਹੁੰਦੀ ਹੈ, ਅੱਖਾਂ ਦੇ ਪਿਛਲੇ ਹਿੱਸੇ 'ਚ ਬਹੁਤ, ਜਿਵੇਂ ਬਹੁਤ ਤਿੱਖੀ ਦਰਦ ਹੁੰਦੀ ਹੈ, ਅਤੇ ਜਿਵੇਂ ਬੰਦੇ ਤੋਂ ਉੱਠਿਆ ਨਹੀਂ ਜਾਂਦਾ, ਜਿਵੇਂ ਪੂਰਾ ਸਰੀਰ ਕਿਸੇ ਨੇ ਕੁੱਟਿਆ ਹੁੰਦਾ, ਮਾਰਿਆ ਹੁੰਦਾ, ਅਜਿਹਾ 3 'ਚ ਦਰਦ ਹੁੰਦਾ। ਅਤੇ ਇਹ 3 ਦਿਨ ਮਤਲਬ ਇਹ ਦਰਦ ਰਹਿੰਦਾ, ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ, 4th ਦਿਨ ਬਾਅਦ ਇਹ ਦਰਦ ਵਾਲੇ ਲੱਛਣ ਘਟਣ ਲੱਗ ਜਾਂਦੇ, ਬੁਖਾਰ ਵੀ ਘਟਣਾ ਸ਼ੁਰੂ ਹੋ ਜਾਂਦਾ। ਲੇਕਿਨ ਉਸ ਫੇਜ਼ ਦੇ ਵਿੱਚ ਵੀ ਬੰਦੇ ਨੇ ਇਹ ਨਹੀਂ ਕਰਨਾ ਕਿ ਮੈਂ ਹੁਣ ਠੀਕ ਹੋ ਗਿਆ ਅਤੇ ਹੁਣ ਮੈਂ ਦੌੜਨ ਭੱਜਣ ਲੱਗ ਜਾਵਾਂ। ਉਸ ਫੇਜ਼ ਦੇ ਵਿੱਚ ਪਲੇਟਲੈਟ ਜਾਂਚ ਜ਼ਰੂਰ ਕਰਵਾਉਣੀ ਹੈ, ਕਿਉਂਕਿ ਜਿਹੜਾ ਪਲੇਟਲੈਟ ਦਾ ਘਟਣਾ ਹੈ ਉਹ 4th-5th ਦਿਨ ਜ਼ਿਆਦਾ ਪਾਇਆ ਜਾਂਦਾ। ਉਦੋਂ ਜਾਂਚ ਕਰਵਾ ਕੇ ਪਲੇਟਲੈਟ ਦੀ, ਜੇ ਘੱਟ ਰਿਹਾ ਹੈ ਤਾਂ ਆਰਾਮ ਕਰਨਾ, ਲਿਕੁਇਡ ਜ਼ਿਆਦਾ ਲੈਣੇ ਹੈ, ਤਰਲ ਪਦਾਰਥ ਵੱਧ ਤੋਂ ਵੱਧ ਲੈਣ ਦੀ ਕੋਸ਼ਿਸ਼ ਕਰਨਾ। ਅਤੇ ਜੇ ਰੇਂਜ ਘੱਟ ਗਈ ਪਲੇਟਲੈਟ ਦੀ, 50,000 ਦੇ ਕਰੀਬ ਆ ਗਈ, ਤਾਂ ਰਿਪੀਟ ਜਲਦੀ ਚੈੱਕ ਕਰਵਾਉਣਾ। ਜੇ ਉਸ ਤੋਂ ਵੀ ਥੱਲੇ ਆਉਂਦੀ ਹੈ, 20,000 ਤੋਂ ਥੱਲੇ ਆਉਂਦੀ ਹੈ, ਫਿਰ ਹਸਪਤਾਲ ਆ ਜਾਓ, ਫਿਰ ਘਰ ਨਾ ਰੁਕੋ। ਲੇਕਿਨ ਚੜ੍ਹਾਉਣ ਦੀ ਨੌਬਤ ਨਹੀਂ ਆਉਂਦੀ, ਚੜ੍ਹਾਉਣ ਦੀ ਨੌਬਤ ਤਦੀ ਆਉਂਦੀ ਹੈ ਜੇਕਰ ਕੋਈ ਬਲੀਡਿੰਗ ਸ਼ੁਰੂ ਹੋ ਜਾਏ, ਜੇ ਕੋਈ ਰਿਸਾਵ ਸ਼ੁਰੂ ਹੋ ਜਾਏ, BP ਘਟਣ ਲੱਗ ਜਾਏ, ਖਤਰੇ ਦਾ ਕੋਈ ਲੱਛਣ ਆ ਜਾਏ। ਸੋ ਉਹਨਾਂ ਬਾਰੇ ਵੀ ਅਸੀਂ ਦੱਸਦੇ ਹਾਂ ਲੋਕਾਂ ਨੂੰ ਕਿ ਕਿਹੜੇ ਨਿਸ਼ਾਨੀਆਂ, ਕਦੋਂ ਜਿਹੜੇ ਮਰੀਜ਼ ਸਾਡੇ ਕੋਲ ਆ ਰਹੇ ਹੈ, ਜਿਹਨਾਂ ਦਾ ਟੈਸਟ ਕਰ ਰਹੇ ਹਾਂ ਅਸੀਂ, ਉਹਨਾਂ ਨੂੰ ਦੱਸਦਾ ਸਾਡਾ ਸਟਾਫ ਕਿ ਕਿਹੜੇ ਲੱਛਣਾਂ ਵਿੱਚ ਘਰ ਨਹੀਂ ਰੁਕਣਾ। ਜਦੋਂ ਥੋੜ੍ਹਾ ਲੱਗੇ ਕਿ ਬੁਖਾਰ ਹੋਣ ਲੱਗੇ ਜਾਂ ਇਸ ਤਰ੍ਹਾਂ ਲੱਗ ਰਿਹਾ ਕਿ ਟੈਸਟ ਕਰਵਾ ਲੈਣਾ ਚਾਹੀਦਾ? ਹਾਂਜੀ, ਟੈਸਟ ਕਰਵਾਓ, ਫ੍ਰੀ ਹੈ ਸਾਡੇ ਕੋਲ, ਸਾਡੇ ਕੋਲ ਸਰਕਾਰੀ ਥਾਵਾਂ 'ਤੇ ਲੈਬ 'ਚ ਜਾਂਚ ਕਰਵਾਓ, ਪ੍ਰਾਈਵੇਟਲੀ ਵੀ ਅਵੇਲੇਬਲ ਹੈ। ਪ੍ਰਾਈਵੇਟ ਦੇ ਵਿੱਚ ਤੁਹਾਡੇ ਕੋਲ ਰੈਪਿਡ ਟੈਸਟ ਵੀ ਹੁੰਦੇ ਹਨ, ਲੇਕਿਨ ਉਹਨਾਂ ਦੀ ਰਿਲਾਇਬਿਲਟੀ ਘੱਟ ਹੁੰਦੀ ਹੈ। ਅਲੀਜ਼ਾ ਵਾਲਾ ਟੈਸਟ ਜਿਹੜਾ ਅਸੀਂ ਸਰਕਾਰੀ ਤੌਰ 'ਤੇ ਕਰ ਰਹੇ ਹਾਂ, ਸਰਕਾਰ ਨੇ ਉਹਦੀ ਉੱਪਰਲੀ ਕੀਮਤ ਦੀ ਸੀਮਾ ਤੈਅ ਕਰ ਦਿੱਤੀ ਹੈ, 600 ਰੁਪਏ ਤੋਂ ਵੱਧ ਕੋਈ ਨਾ ਲਵੇ। ਇਹ ਇੱਕ ਆਰਡਰ ਪਾਸ ਕਰ ਚੁੱਕਿਆ ਗਵਰਨਰ ਆਫ ਪੰਜਾਬ ਵੱਲੋਂ ਕਿ 600 ਰੁਪਏ ਤੋਂ ਜ਼ਿਆਦਾ ਚਾਰਜ ਕਰਨ 'ਤੇ ਉਹਨਾਂ ਨੂੰ ਸਜ਼ਾ ਯੋਗ ਹੋਏਗਾ। ਅਤੇ ਇਹ ਪਬਲਿਕ ਨੂੰ ਵੀ ਅਸੀਂ ਦੱਸ ਰਹੇ ਹਾਂ ਕਿ ਕੋਈ ਵੀ ਡੇਂਗੂ ਦੇ ਟੈਸਟ ਦੇ ਲਈ, ਅਲੀਜ਼ਾ ਟੈਸਟ ਦੇ ਲਈ 600 ਰੁਪਏ ਤੋਂ ਵੱਧ ਚਾਰਜ ਨਹੀਂ ਕਰ ਸਕਦਾ। ਤੁਸੀਂ ਅਵੇਅਰ ਵੀ ਕਰ ਰਹੇ ਹੋ, ਸਾਰਾ ਕੁਝ ਕਰ ਰਹੇ ਹੋ, ਅਤੇ ਅਗਰ ਕੋਈ ਨਹੀਂ ਮੰਨਦਾ ਇਸ ਤੋਂ, ਫਿਰ ਦੁਬਾਰਾ ਉਹੀ ਕੰਮ ਕਰ ਰਹੇ, ਪਾਣੀ ਉੱਥੇ ਹੀ ਛੱਡਦਾ, ਅਤੇ ਚਲਾਨ ਵਗੈਰਾ ਵੀ ਕੋਈ ਕੱਟੋਗੇ? ਚਲਾਨ ਲੋਕਲ ਬੋਡੀਜ਼ ਵੱਲੋਂ ਕੱਟੇ ਜਾਂਦੇ ਹਨ, ਕਿਉਂਕਿ ਵੈਸੇ ਅਧਿਕਾਰ ਖੇਤਰ ਉਹਨਾਂ ਦਾ ਹੈ ਕਿ ਉਹਨਾਂ ਨੇ ਲਾਰਵਾ ਪੈਦਾ ਨਹੀਂ ਹੋਣ ਦੇਣਾ ਹੁੰਦਾ, ਇਹ ਲੋਕਲ ਬੋਡੀਜ਼ ਦਾ ਕੰਮ ਹੁੰਦਾ ਹੈ। ਪਿੰਡਾਂ 'ਚ ਪੰਚਾਇਤਾਂ ਕੋਲ ਅਧਿਕਾਰ ਹੈ, ਸਿਹਤ ਵਿਭਾਗ ਤਾਂ ਕੰਮ ਕਰ ਰਿਹਾ ਜੇਕਰ ਕੋਈ, ਜੇ ਇਕੱਠੇ ਕੇਸ ਆ ਜਾਂਦੇ ਆ, ਕਿਤੇ ਆਊਟਬ੍ਰੇਕ ਹੋ ਜਾਂਦਾ, ਫਿਰ ਉੱਥੇ ਵੀ ਸਾਨੂੰ ਮਤਲਬ ਉਸ ਇਲਾਕੇ 'ਚ ਵੀ ਸਾਨੂੰ ਕੰਮ ਕਰਨਾ ਪਏਗਾ ਰੋਕਣ ਦੇ ਲਈ। ਅਸੀਂ ਇਸ ਕਰਕੇ ਅਗਾਹੋਂ ਕਦਮ ਚੱਕ ਰਹੇ ਹਾਂ। ਵੈਸੇ ਅਧਿਕਾਰ ਖੇਤਰ ਲੋਕਲ ਬੋਡੀਜ਼ ਆਉਂਦਾ, ਉਹਨਾਂ ਦੇ ਆਪਣੇ ਚਲਾਨ ਵੀ ਜਾਰੀ ਕਰਨੇ ਹੁੰਦੇ ਨੇ, ਰੋਕਣਾ ਵੀ ਹੁੰਦਾ ਉਸ ਵੇਲੇ। ਸੋ ਇਸ ਡਾਕਟਰ ਸੁਮੀਤ ਜਿਨ੍ਹਾਂ ਨੇ ਡੇਂਗੂ ਦੀ ਬਿਮਾਰੀ ਤੋਂ ਬਚਣ ਵਾਸਤੇ ਉਹਨਾਂ ਦੇ ਉਪਾਅ ਦੱਸੇ, ਅਤੇ ਨਾਲ ਹੀ
ਦੱਸਿਆ ਕਿ ਇਸ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਅਤੇ ਨਾਲ ਹੀ ਲੋਕਾਂ ਨੂੰ ਵੀ ਕਿਹਾ ਕਿ ਜਿਹੜਾ ਪਾਣੀ ਹੈ ਉਹਨੂੰ ਇਕੱਠਾ ਨਾ ਕੀਤਾ ਜਾਵੇ ਅਤੇ ਉਹਨੂੰ ਉੱਥੇ ਉਸ ਜਗ੍ਹਾ ਤੇ ਸਾਫ਼ ਸਫਾਈ ਰੱਖੀ ਜਾਵੇ। ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੁੰਮਣ ਦੀ ਰਿਪੋਰਟ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।